ਰਾਜਸ਼ਵੜੀ ਕਿਹੜੀ ਸਨ ਨਹੀਂ ਸੁਣੀ ਰਾਜਸ਼ਵੜੀ ਸਨ 1929 ਤੇ ਜਿਸ ਟਾਈਮ ਪਾਕਿਸਤਾਨ ਬਣਿਆ ਤੇ ਤੁਸਾਂ ਦੀ ਉਮਰ ਤੱਕ 16 ਸਾਲ ਬਣੀ 17-18 ਸਾਲ ਤੇ ਵੈਸੇ ਜਿਸ ਟਾਈਮ ਪਾਕਿਸਤਾਨ ਆਜ਼ਾਦ ਹੋਇਆ ਉਸ ਸਾਰੇ ਲੋਕਾਂ ਨੇ ਕਿਹਾ ਜੋਸ਼ ਜਜ਼ਬਾ ਸਾ ਕਿਹਾ ਮਾਮਲਾ ਆਪਣਾ ਹਕੂਮਤ ਬਣ ਗਈ ਸਾਰੀ ਸਾਰਾ ਮੁਲਕ ਬਣ ਗਿਆ ਸਾਰਾ ਆਜ਼ਾਦ ਹੋ ਗਿਆ ਜੁਆਨ ਸਾਰੇ ਛੱਡ ਨਿਕਲ ਗਿਆ ਇਸੇ ਬੜੇ ਕਿਹਾ ਸਾ ਵੈਸੇ ਉਸ ਆਪਣੇ ਇਲਾਕੇ ਜੋਸ਼ ਜਜ਼ਬਾ ਹੀ ਲੋਕਾਂ ਮਨਾਇਆ ਸਾ ਜਸ਼ਨ ਹੀ ਮਨਾਇਆ ਸਾ ਲੋਕਾਂ ਅਰੇ ਜਸ਼ਨ ਮਨਾਏ ਛੋੜੀ ਲੋਕਾਂ ਨਾਰੇਬਾਜ਼ੀ ਕੀਤੀ ਨਾਰੇ ਮਾਰੇ ਲੋਕਾਂ ਖੁਸ਼ੀਆਂ ਮਨਾਈਆਂ ਗਏ ਹਿੰਦੂ ਨੱਸੀ ਗਏ ਸਾਰੇ ਅੰਗਰੇਜ਼ ਨੱਸੀ ਗਏ ਸਾਰੇ ਗਏ ਪਿੰਡਿਆ ਵਾਲੀ ਗਏ ਗੱਛੀ ਜਦੋਂ ਸਾਹਿਬ ਦਾ ਫਾਤਮਾ ਜਿਨਾ ਆਸੇ ਉਹਨੇ ਗਰੀ ਗਰੀ ਲੋਕਾਂ ਆਦਾਨ ਕਰੀ ਦੱਸਿਆ ਫਾਤਮਾ ਜਨਾ ਤਾਂ ਕਾਇਦਾ ਨਹੀਂ ਆਪਾਂ ਕਦੇ ਦੇਖਿਆ ਹਾਂ ਕਿਹੜੀ ਜਗ੍ਹਾ ਵਿੱਚ ਕਰੇਚੀ ਕਰੇਚੀ ਵੀ ਸੋ ਦੇਖੇ ਹਾਂ ਕਰੇਚੀ ਦੇਖੇ ਦੋ ਭੈਣ ਭਰਾ ਇੱਕ ਹੈ ਜੀ ਸਿੱਖ ਵੈਸਿਆਂ ਦੇ ਕੰਮ ਸੁੱਕੇ ਟਾਂਡਾ ਕਮਜ਼ੋਰ ਹੁਣ ਕਮਜ਼ੋਰ ਅਗਰ ਸਕੂਲ ਵਾਲੀ ਸੋਚਿਆ ਤਾਂ ਨੋਰ ਹੈ ਅੱਠ ਰੁਪਏ ਆਟਾ ਸਾ ਅੱਠ ਰੁਪਏ ਨੋ ਰੁਪਏ ਮਨ ਚੀਨੀ 7 ਰੁਪਈਆ ਸੀ ਗੁੜ 200 ਰੁਪਈਏ ਨਾ ਸਾ ਐਸਾ ਕੀਤੀਆਂ ਲੋਕਾਂ ਬਾਈ ਕਿ 7 ਰੁਪਈਆ ਵਿਕਣਾ ਸਾ ਬਾਗਰਾ ਕੋਲ 7 ਰੁਪਈਆ ਵਿਕਣਾ ਸਾ ਮੋਟਾ ਕੋਲ 200 ਰੁਪਈਏ ਨਾ ਸਾ ਔਰ ਸੰਗਿਆ ਲੋਕਾਂ ਐਸਾ ਕੀਤੀਆਂ ਪਾਕਿਸਤਾਨ ਬਣਿਆ ਤਾਂ ਲੋਕ ਭੁੱਖੇ ਮਰੀ ਗਏ ਲੇਕਿਨ ਆਪਾਂ ਲੋਕ ਇਹ ਵੀ ਗੱਲ ਦੱਸ ਨਾ ਕਿ ਪਹਿਲੇ ਲੋਕ ਅਕਸਰ ਉਸਦਾ ਮਿਸਾਲ ਦੇਣ ਉਹਨੇ ਕਿਹਾ ਇੱਕ ਜੀ ਕਰਨ ਨਾ ਕਮਾਉਣਾ ਹੁਣਾ ਸਾ ਤੇ 10 ਤੋਂ 15 ਜੀ ਖਾਣਾ ਹੁਣਾ ਸੀ ਖਾਣਾ ਸੀ ਉਸਨੇ ਕਿਹਾ ਵਜਾ ਉਹਨੇ ਸੇ ਲੋਕ ਆਪਣੀ ਉਹ ਵਜਾ ਜਾ ਸੀ ਕਿ ਗੱਲਾਂ ਸੱਸਾ ਸਾ ਗੱਲਾਂ ਬਹੁਤ ਸੱਸਾ ਸਾ ਤਾਂ ਪੈਸੇ ਨਾ ਪੈਦਾ ਸਾ ਲੇਕਿਨ ਬਰਕਤ ਬਹੁਤ ਹੈ ਲੋਕਾਂ ਨੇ ਮਿਹਨਤ ਬਹੁਤ ਜ਼ਿਆਦਾ ਉਹਨੇ ਖਾਸ ਤੌਰ ਆਪਣੇ ਇਲਾਕੇ ਨਾਲ ਆਪਣੀ ਜਾਇਦਾਦ ਨਾਲ ਕਈਆਂ ਨੂੰ ਨਹੀਂ ਆਸਿਆ ਪਚੋ ਜਾਂ ਮਨ ਸਾਡੀ ਤਾਂ ਹੀ ਨਹੀਂ ਆਸੀ ਚਾਵਲ ਚਾਵਲ ਆਪਣੇ ਆਪਣੇ ਘਰ ਨੇ ਚਾਵਲ ਤਾਂ ਹੀ ਨੇ ਤੈ ਮੇਰ ਕੂੜੀ ਸੱਠੀ ਤੇ ਕੌਟੀ ਤੈ ਮੇਰ ਢਾਈ ਲਾਨੇ ਸਾਥ ਪਛੋ ਜਾਂ ਮਨ ਮਕਾਈ ਤੇ ਸਾਡੀ ਇੱਜ਼ਤ ਐਸੀ ਸਹੀ ਵੀ ਨਹੀਂ ਹੋਈ ਐਸੀ ਆਪਣੇ ਕਹਿ ਮਤਲਬ ਆਪਣੇ ਡੋਗੇ ਨਹੀਂ ਸਾਖ ਸਕਦੇ ਨਹੀਂ ਨਾ ਡੋਗਿਆ ਨਹੀਂ ਪਛੋ ਜਾਂ ਮਨ ਮਕਾਈ ਮੈਂ ਤਾਂ ਤਾਂ ਦੀ ਤੇ ਟੋਈ ਤੇ ਖੜੀ ਨਗਾਲੀ ਕੋਠਾ ਰਾਜ ਭਾਈ ਅਸਾ ਕੋ ਆ ਇਤਨਾ ਨਾ ਨਮਾ ਆਦੂ ਨਹੀਂ ਕਿੰਨਾ ਹੋਣਾ ਸਾ ਤੇ ਵੈਸੇ ਆਪਾਂ ਕਰੂ ਨਹੀਂ ਸੇ ਭਾਈ ਜਿਸ ਤਰ੍ਹਾਂ ਪਾਕਿਸਤਾਨ ਦਾ ਆਜ਼ਾਦ ਵਾਲੇ ਹਾਂ ਹਾਂ ਨਾ ਸਾ ਕਿਉਂਕਿ ਦੇਖੋ ਤੁਸੀਂ ਪਤਾ ਹੈ ਪਾਕਿਸਤਾਨ ਦੀ ਪਹਿਲੇ ਨਹੀਂ ਨਾ ਇੱਥੇ ਤਾਂ ਹਕੂਮਤ ਤਾਂ ਗੋਰੇ ਨਹੀਂ ਹੁੰਦੀ ਅਸੀਂ ਅੰਗਰੇਜ਼ਾਂ ਨੂੰ ਨਹੀਂ ਅਸੀਂ ਤੇ ਮਤਲਬ ਇਸ ਇਲਾਕੇ 'ਚ ਗੋਰੇ ਵਗੈਰਾ ਫਿਰ ਟੁਰੇ ਅਸੀਂ ਹੁੰਦੇ ਸੀ ਉਹ ਬਾਕਾਇਦਾ ਖਾਸ਼ੀ ਨਾ ਸੀ ਉਹ ਸੜਕਾ ਸੀ ਵਸੜ ਪੌੜ ਜਾ ਖਾਸ਼ੀ ਨਾ ਸੀ ਦਨੇ ਯਾ ਗਲੀ ਅਲੀ ਹਾਂ ਗਲੀ ਅਲੀ ਤੇ ਉਸ ਤੇ ਮਤਲਬ ਉਹਨਾਂ ਲੋਕਾਂ ਨਾਲ ਰੋਜ਼ਾਨਾ ਸਾਇਕਲਾਂ ਸਾਇਕਲਾਂ ਤੁਹਾਨਾਂ ਨਾਲ ਲੋਕਾਂ ਨਾਲ ਮੁਸਲਮਾਨਾਂ ਨਾਲ ਰੋਜ਼ਾਨ ਕਿਸ ਤਰ੍ਹਾਂ ਹੁਣਾ ਸਾ ਗੋਰਿਆਂ ਨਾਲ ਕਿ ਕਿ ਹਕੂਮਤ ਉਹਨਾਂ ਨੂੰ ਨਹੀਂ ਅਸੀਂ ਹਕੂਮਤ ਲਈ ਅਸੀਂ ਬਹੁਤ ਠੀਕ ਹੈ ਸੇ ਭਾਈ ਮਤਲਬ ਅਹਿਸਾਸ ਕਰਨਾ ਸੇ ਲੋਕਾਂ ਨਾਲ ਬਹੁਤ ਇਨਸਾਫ ਕਰਨਾ ਸੇ ਬਾਹਰ ਤੋਂ ਰਾਤ ਬਿਮਾਰ ਨੇ ਲੱਗ ਗਈ ਬਾਜੀ ਬੋੜੀ 4 ਸਾਲ ਗੱਡੀ ਹੋਈ ਤਾਂ ਗੱਡੀ ਸਾਈਕਲ ਦੀ ਜਾਂ ਸਾਈਕਲ ਪਰ ਸਨੀ ਅਸਪਤਾਲੇ ਖੜਿਆ ਸੇ ਬਿਲਕੁਲ ਅਸਪਤਾਲੇ ਖੜਿਆ ਤੂੰ ਉਸ ਦਿਨ ਸੇ ਪਾਕਿਸਤਾਨ ਮਤਲਬ ਆਜ਼ਾਦ ਹੋਏਗਾ ਤੂੰ ਨਾ ਕਿਸੇ ਲੋਕ ਨਾਲ ਸੁਣੇ ਮੁਲਾਕਾਤ ਹੋਈ ਕਿਹਾ ਦੱਸਾਂ ਤੇ ਤੂੰ ਸਾਲਾ ਗੋਈ ਗਿਆ ਸਾਲਾ ਗੋਈ ਹੈ ਜਾਂ ਉਸ ਦੀ ਪਹਿਲੇ ਚਲੇ ਗਏ ਪਹਿਲੇ ਚਲੇ ਨਸੀ ਗਏ ਉਹ ਤਾਂ ਮੁਰੇ ਨੇ ਅੰਗਰੇਜ਼ ਨਸੀ ਗਏ ਫਿਰ ਨਹੀਂ ਖੜਤੇ ਤੂੰ ਸੰਨੀ ਜ਼ਿੰਦਗੀ ਨਾਲ ਇੱਕ ਬਹੁਤ ਬੜਾ ਹਿੱਸਾ ਗੁਜ਼ਰਿਆ ਵਾ 96 ਸਾਲ ਇੱਕ ਬਹੁਤ ਬੜਾ ਹਿੱਸਾ ਇੱਕ ਸਦੀ ਨਹੀਂ ਕਰੀਬ ਐਸਾ ਬਣਾ ਤੁਸੀਂ ਕਹਿ ਲੱਗਣਾ ਕਿ ਜ਼ਿੰਦਗੀ ਸਭ ਤੋਂ ਅੱਛਾ ਵਕਤ ਕਿਹੜਾ ਹੋਣਾ ਸਾ ਯੋ ਜਿਹੜਾ ਮੌਜੂਦਾ ਚੱਲੀ ਲੱਗਾ ਵਾ ਜਾਂ ਪੁਰਾਣਾ ਆ ਇਹ ਮੌਜੂਦਾ ਕਿਹਾ ਹੋਗਦਾ ਮੌਜੂਦਾ ਦਾ ਤੰਦੂਲਾ ਛੇੜੇ ਵਾਜੀ ਗਾ ਜੀ ਮਤਲਬ ਕਿ ਮੈਂ ਗਾਇਨ ਸੀ ਨੂੰ ਸਕੂਨ ਹੋਣਾ ਸਾ ਮੈਂ ਪਾਈ ਅਸੀਂ ਨਹੀਂ ਸਕੂਨ ਹੋਣਾ ਸਾ ਸਬਰ ਪਈਆ ਕੀ ਹੈ ਸਾ ਸਬਰ ਪਈਆ ਬਾਕਰਾ ਗੋਸ਼ਤ ਲੋਕਾਂ ਆਪਣੇ ਘਰ ਪਰੇ ਤੇ ਭੁੱਖਾ ਪਬਲਿਕ ਭੁੱਖੀ ਮੋਈ ਮਤਲਬ ਜ਼ਿਆਦਾ ਤੰਗੀ ਮਹਿਸੂਸ ਹੋਣ ਪਈ ਹੁਣ ਜਿਤਨਾ ਵੀ ਦੋ ਜਦੀਦ ਹੋਈ ਕਿ ਲਗਾ ਹਾਲਾਤ ਹੋਰ ਖਰਾਬ ਨਹੀਂ ਤਰਫ ਹੋਈ ਗਈ ਲੈ ਹੋਰ ਖਰਾਬ ਹੋਈ ਹੈ ਹਾਲਾਤ ਪਾਕਿਸਤਾਨ ਵੀ ਕੁਛ ਨਾ ਬਣ ਪਾਕਿਸਤਾਨ ਕੁਛ ਨਾ ਬਣਾਈ ਸਕਿਆ ਨਾ ਬਣਾਇਆ ਸੀ ਕਹਿੰਦਾ ਨਾ ਬਣ ਸੀ ਨਾ ਮਹਿੰਗਾਈ ਦਾ ਨਾ ਸਸਤਾ ਉਹ ਮਤਲਬ ਹਰ ਦਿਨ ਆਉਣ ਵਾਲਾ ਮੁਸ਼ਕਲ ਤੇ ਮੁਸ਼ਕਲ ਹੀ ਆਸ਼ਨਾ ਦਾ ਮੁਸ਼ਕਲ ਹੀ ਮੁਸ਼ਕਲ ਹੋ ਮੈਂ ਇੱਕ ਵਾਰਾ ਮੈਰੀ ਮੈਰੀ ਉੱਥੇ ਜਿਹੜੇ ਆਏ ਪੇਟ ਘੁੱਟਣੇ ਘੁੱਟਣੇ ਪਾਕਿਸਤਾਨ ਵਿੱਚ ਕਿਆ ਕਿਸੇ ਦਿਨ ਨਾ ਤੇ ਮੈਂ ਗਈ ਨਹੀਂ ਕਟਲੋਡੀ ਚੋਈ ਕਿਸੇ ਦਿਨ ਨਾ ਨਹੀਂ ਆ ਇੱਕ 100 ਰੁਪਏ ਚੀਨੀ ਸੀ ਤੇ ਦੋ ਨੇ ਪੈਸੇ ਬਦਾਈ ਸਦਰ ਅਯੂਬ ਖਾਨ ਦੋ ਆਨੇ ਦੋ ਆਨੇ ਦੋ ਕਾ ਖਾਏ ਕੁੱਤਾ ਹੈ ਸਦਰ ਅਯੂਬ ਕੀ ਹਾਂ ਇਹ ਕੁੱਤਾ ਕੀ ਚੀਨੀ ਬਦਾਈ ਉਸ ਆਗਾ ਬਣਾ ਹੋਇਆ ਤਾਂ ਤੂੰ 100 ਰੁਪਏ ਪਿਆਜੀ ਪੀਸੋ ਯਾ ਸਦਰ ਅਯੂਬ ਉਸ ਲਈ ਇਹ ਗੱਲ ਆਖੀ ਸੀ ਆਖੀ ਸੀ ਬਿਲਕੁਲ ਆਉਣਾ ਨਹੀਂ ਆਖਿਆ ਸੀ 100 ਰੁਪਏ 100 ਰੁਪਏ ਪਿਆਜੀ ਪੀਸੋ ਚਾਨੀ ਅਯੂਬ ਉਸ ਮੋਇਆ ਵਿੱਚ ਸਾਰੂ ਕਈ ਸਾਰੂ ਹਾਂ ਜ਼ਾਹਿਰ ਸੀ ਗੱਲ ਨਹੀਂ ਮਤਲਬ ਉਸੇ ਚੀਜ਼ ਪਹਿਲਾਂ ਪੇਸ਼ੋ ਕੇਸ਼ੋ ਸੀ ਅਗਰ ਮੈਂ ਜਿੰਦਾ ਵਾਇਆ ਨਾ ਤੁਸੀਂ 100 ਰੁਪਏ ਨਾਲ ਕੱਪ ਚਾਹ ਨਾ ਪੀਸੋ ਪੀਸੋ ਤੁਸੀਂ ਆਈ ਮਾਰੇ ਦੋ ਨੇ ਭਾਜੀ ਜੇ ਤੁਸੀਂ ਲੋਕਾਂ ਦੀ ਕੁੱਤਾ ਬਣਾ ਛੋੜਿਆ
میں ایسی رضارت کرنا ہے نا بجانا میں ایسی رضارت نہ کرنا اس موم میں وہ نکلی گا بس گا چارا تو پھر اتیا ختم ہوئی گا بس سو من ہی ڈو گیا ساڑھے بچ اسی من آلو آلو سیری ڈوگے بچ پٹے اسی من آلو دستا سچ بچے انہوں نے دس لایا دو نے سیری نے ساڑھے دو ڈوگے یہ کیا بنا سا اسی من آلو دستا ہوں کیا طریقے کار ہے نو بیو آ نہ وہ جاند رہے نہ وہ فصل رہے نہ وہ لوک رہے محنت والے محنت والے کون لائے یعنی کہ آخر مطلب کہ زیادہ تر جڑی سکون ہے سو اس گلا سا کہ لوگ اپنی جائیداد نال محنت کرنے محنت کرنے سے محنت کرنے سے اس کا فصل اٹھانے سے پھر مہنگائی محسوس نہیں ٹھیک ہے زیادہ تر چیزوں سے اپنے گھر والا بھی گشنے سے ارے چلا بابا پچو جا مال مکائی خدا کی کسمی نہیں پکی یا جی دادے خان جو دادے اور ناتی اچھے پچپن جب من مکئی میں تے تا دور کی خدا جنم بخشا نگاری کھڑی کو اٹھا رہا ہے بھائی پچپن جب من من او کھن نہ تو 20 میں کھن نہ سی تھی سی سمجھی گئے پچپن جب من مکئی اسے بھی نہیں جانی والا سارے گرا وچ اتنا خاص کوئی نہ تھا ایسے سارے جانی جی جو باندے لیکن ایک تک تک دار اچھے دو آدمی ایسے ایک مالا اور ایک پھوپھڑا ایک مر بس چھ فٹ چھال مار لیا سی چھ فٹ کٹ کری کری جائے ایسا ہے اونچائی بیچ اونچائی بیچ پانچ بڑے موڑی سے رکھی سیرا تے موڑی اس اوپر چھال مار لیا اس دوڑی جائے اس اوپر بات بات گیا سی مارا نا کوئی چھال چیڑی نہیں دنگی سکتی جو اپنی آنکھی دی تھی میں چھ فٹ نی بلندی رہا چھال مار دے پر پاس گیشنے چھ فٹ رہا چھ فٹ نی بلندی رہا دوڑی جائے اس دوڑی جائے مار سنے ایتھلٹک سن لو پڑا کج پر پاس آگے لگ تو تو ابا یہ بھی دسا سا کہ کیوں سامان چاہیے تے لوگ دیول مری تک پیدل گشن سے پیدل پیدل بالکل من من دو دو من چاچا من پیدل اسا خود کھڑیا تو ابا کتنا وزن کھڑنا ہے پیدل چاہیے 20 ہے یہ تو کو تک گشن ہے اس 20 ہے آلو کھڑنا ہے یا داریا کہ یا کشمیری بازار یہ تو چاہیے ٹھیک ہے گڈیا آلو چاہیے کتنے سب کتنے ٹائم لے گا شاہ صاحب چوچی کے لیے تھوڑی کیا کرا چاچا بھائی نا آلو پٹے درشن جی اچھا ماسی صاحب جان والا چاچا کپٹ کپے کی تو پار انہوں نے بولایا مایا نے کہ او بیوے پورا منظور ہے دیکھو اچھا یار اے جو ترا نکے ہوں تا بڈے آلو پٹے دا چار چار تڑیاں کھڑائی جے نے میں گئی سو بڑے خوشی ہوئی سی 2 روپے 100 روپے بس ایتھوں چے کے لیے کھڑے نا ٹھیک ہے گلی صبح سویرا اس رات کے جتی ہو رہے ہیں انہوں نے چاچے بھائی ہوں صبح سویرا چاہ پیتی گہنی روٹیاں نہ ٹک ٹک کھا دار بڑھا نہیں چاہ سی ایک ایک دو دو پیالیاں چاہ پیتے آلو چائے ٹوڈیو ہی پائے ہوئے سے انگریزی بٹیا سے انگریزی بٹیا سے ہو آئے اچھا تھا دیا نہ مانا تو اس وقت دسا نہ مانا دسا نہ مانا اتھو رکھائی دگے ہاں کوٹہرہ پار گیا ملکوٹ کوٹہرہ کوٹہرہ اچھا نہ کب ہو جا اس لیے چاہیے سی اسے احساس دیا یہ اوپر اچھا چوٹی اس نے اگر یہ پیر لگا بعد مکان آ گیا پیر اوپر کھڑی جا سا آلو ڈوائے بہر اس نے اگے پیر آلو ڈوائے اندر بڈی دکھتی اس نے ساتھ سب سب کو روٹی روٹی جگہ دیا اچھی رہے ہو کیا کہہ رہا ہوں نہیں مجبوری کرنی اور کو نہیں میں چاچا بھائی ہو جائے کور کے اے اس نے اون من آلو چاہیے ایک من چاچے والی ہوگا اتنوں جلسے دی چاہیے تھے چھکے گلی ہے جی خدا ذات نہیں کہتے اٹھا دوائے زبائے پھر چاہ پیجئے جو روٹیوں میں کہنی ہمیں یہ جا دیا اس دیتی ہاں وہ چاہ نہ کھا دیا ہاں چاہ کٹویج بنائی کٹویج گوڑے نہیں ہاں گوڑے نہیں کٹویج بنائی لوگ یہ کٹویج ہے اس کٹویج چاہ بنائی ایسا پیتی وہ روٹیوں دو ایسا چون آدمیاں کھا دیا اس تو اوپر چڑھے گا جہاں سڑکنا سی بری دیو لری یہ ہمیں نئے رسی جی ہاں نئے رسی جی گلی آگو ٹھیک ہے ہمیں راہ بن جا باسا یا یو راہ پہنچا یا اللہ کوئی نہ پہ تک کشمیری بلال پہنچے ایک کے دو ساگ لسی والا ترے ابا کہے ایک بندہ کتنا کھائے کی ناسا نہیں اب لیا کہہ رہا دے ابا جی ایک بندہ کتنا کہے کھائے کی ناسا بندے سے کہے کھانے والے ڈیڑھ ڈیڑھ سیر کھانے ایسے دونوں سیر ایک ٹائم نا جی
2 किलो के ओ साला ताज खाई गया सा 150 के अब ने नहीं गाली एक टाइम ना अपन 2 किलो के 2 किलो ना किलो आधा किलो किलो आधा किलो के खाई छड़ी हर शक का किया छ रोटी भी चाहिए में रोटी भी चाहिए की सर मतलब वैसे लोग कई लोग पीने में ऐसे पीना से पी गा छिना से दो अरे 150 ना के अरे प्यारा ता जावा मारो क्या कह रहा हमने कह दियो मैं पियो अच्छा उना तार रात की बार रहे यो कह दिए तू मरी गए थे के गालने से मायो के गालने से चुडियो पर अब मैं बार दे बारे रखी छोड़िया मैं अंदर ना आ ਉਹ ਜਿਹੜਾ ਸਿਰਾਂ ਨਾਲ ਕੋੜਾ ਸਾ ਉਹ ਆਈਆਂ ਚੁੱਲ੍ਹੇ ਨਾਲ ਰੱਖਿਆ ਵਾ ਸਾ ਕਿ ਉਸੀ ਪਿਆ ਵਾ ਉਹਨੋਂ ਗੇਰੇ ਕੀਤੇ ਸਾ ਫੀ ਪੀ ਉਹਨੋਂ ਗੁੱਸੇ ਨਾ ਕੀਤੇ ਉਹਨੋਂ ਸੋਚਿਆ ਵੈਸੇ ਪੀ ਨਾ ਸਕਣਾ ਇੱਕ ਮੈਂ ਦੇਖ ਮਾਰੂਫ ਸ਼ੇਰੀ ਸੀ ਬਰੀ ਗਾ ਪਾਵੀ ਖਤਮ ਹੋ ਨਾ ਹਾਂ ਦੋ ਬੈਠ ਕੋਲ ਬੈਠ ਰਿਹਾ ਤਾਜੇ ਇਹ ਕਹਿ ਕੋੜਾ ਚਾਇਆ ਐਂ ਕਹਿ ਤੇ ਚਾਇਦੇ ਐਂ ਕਹਿ ਐਂ ਬੋਲੇ ਐਂ अंगड़ी अपनी है गोश को देने से ग्राज ग्राज गोश को दो खाने से ना अच्छा ना सेरे सा बारा ने बान ऐसा दो ने ऐसा बताया था लोगों का समझ चाहिए छोड़ गया कि गोश ना खाने ना खाने दो आने दस आने बाद अन्ना खाने गोश मैं कहूँ जा अच्छा कह रहा यार मन नहीं किया नहीं तो जुन्नो चाय किन्नो तो फिर ना खाया वह उठी हुई दुए बापारी या कुछ कोई छोड़ी उसे बापारी चार पांच जैसे एक अजोबा सा एक गफारा सा सर नंबरदार दो से आस दो चार पांच बंदे बस आस ना कुमार दिल लगा दे कुमार ना बुला दिल तो जवान ही है ना देखना अल्लाह कम काम करी साल दिल ठीक वैसे अपनी अब आप जड़ी तुसनी नस्ल ही जितनी भी उसी आखिरी क्या एक पैगाम देना चाहे हो किस तरह रहना चाहिए मैं जाने अपने ईमान में है ईमान कायम करना अपना बस बिल्कुल ईमान की नरवान बिल्कुल चोरी बुरा की बचन सारी उम्र जब पर अल्लाह ने हुक्म ना अल्लाह खुश रहे से यो मैसी बल्कि अपने खानदान से ना पूरी दुनिया से पूरी दुनिया वास्ते चोरी बेईमानी चुगली ए ईमान नी कैची ए दुकान दिल कपी नी की ईमान कपी नी चले गए लोग टटवा बनी बिल्कुल समझी गए चोरी बेईमानी चुगली ना मारो अल्लाह ने कैसे कहता भी आदमी डांट ना बोलो हर पास उसकी अल्लाह देना रस हर पास उसकी देना रस उधर दिन तरफ आचना पैसा वो यार दिल डांट ला यो इसी पलता है जिसे पढ़ा गए इसी पलता मापे भी गए थे परजाया किया पहन की गए सारे चले गए उनका पुत्र नहीं चलागा इबादत बहुत अच्छी चीज है इबादत अच्छी चीज समझी गए अल्लाह ने कानून या अल्लाह ने शरे ने दिया जेडी संपर जेड़ा आर्डर आया उसी आज पूरा करा पूरा करा सारा कक्की ना करना